की ना बेटा? अर्शदीप कौर। बेटा इसलिए तुम जाओ जो पहले नंबर पर। हाँ जी। की लग रहा था? बहुत अच्छा लग रहा है। बहुत दिन रात उन्हें मेहनत की थी, रात में ते ओ 12 एक 2 बजे तक पढ़ के सोंदी सी। मैं तो ही बाहर गया सी, फील्ड ते मैनू बेटी दा ही फोन आया सी घरों, भी मैं तो पर आई तो मैं बड़ी खुशी हुई, मैं तो आया वापस ते आ के। मेरा एम तो IAS ऑफिसर बनेंदा है, तो पहले मैं ग्रेजुएशन करूँगी एंड उसके बाद फिर उस पर कॉम्पिटिटिव एग्जाम। पंजाब स्कूल सिक्ख्या बोर्ड वालों 12वीं जमात के ऐलाने गए नतीजों में लुधियाना की रहने वाली अर्शदीप कौर ने पंजाब विचों पहला स्थान हासिल करके पंजाब का नाम रोशन किया है। अर्शदीप कौर और उसका परिवार बटाला विखे नानके से जब नतीजे का ऐलान किया गया, घर विच खुशी का माहौल छा गया और रिश्तेदारों वालों वधाई मिलनी शुरू हो गई। इस मौके लड़की के पिता गुरमीत सिंह ने कहा कि ओह लुधियाना दे रहन वाले हन ते उन्हां नूं अपनी बेटी उत्ते मान है जिसने अपने पिता अते पंजाब दा नाम रोशन किया है। उन्हां कहा कि एह मेरे लिए मान वाली गल है अते मैनू आस है कि मेरी बेटी अगे भी होर पढ़ाई करके अपना अते पंजाब दा नाम रोशन करेगी। ਕੀ ਨਾਮ ਭਾਈ ਤੁਹਾਡਾ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਭਾਈ ਤੁਹਾਡੀ ਬੇਟੀ ਅੱਜ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ, ਕੀ ਲੱਗਦਾ ਤੁਹਾਨੂੰ? ਸਾਨੂੰ ਬੜੀ ਖੁਸ਼ੀ ਹੈ ਜੀ, ਬਾਬੇ ਨਾਲ ਦੀ ਬੜੀ ਕਿਰਪਾ ਹੈ, ਬੱਚੇ ਮਿਹਨਤ ਕੀਤੀ ਉਹਦੇ ਬੰਦੇ ਪਈ ਹੈ ਜੀ, ਬਹੁਤ ਖੁਸ਼ੀ ਹੈ ਜੀ। ਇੱਕ ਫਾਦਰ ਨੂੰ ਬੇਟੀ ਨੂੰ ਕਿੱਦਾਂ ਦਾ ਰੱਖਣਾ ਚਾਹੀਦਾ? ਅਸੀਂ ਤਾਂ ਇਹ ਕਹਿੰਦੇ ਵੀ ਹਰ ਬੱਚੇ ਪਾਉਣਾ ਚਾਹੀਦਾ, ਗੁੜੀਆਂ ਨੂੰ ਤਾਂ ਵੈਸੇ ਹੀ ਪਾਉਣਾ ਚਾਹੀਦਾ ਬੱਚਿਆਂ ਨੂੰ, ਕੋਈ ਗੁੜੀਆਂ ਵੀ ਚਲੋ ਵਧੀਆ ਪੜ੍ਹਦੀ ਹੈ, ਆਪਾਂ ਕਹਿੰਦੇ ਬੇਟੇ ਪੜ੍ਹਦੇ ਸਾਡੀ ਗੁੜੀਆਂ ਸ਼ੁਰੂ ਤੋਂ ਬੜੀ ਵਧੀਆ ਪੜ੍ਹਦੀ। ਬਾਪ ਦਾ ਨਾਮ ਪੰਜਾਬ ਤੋਂ ਰੋਸ਼ਨ ਕੀਤਾ? ਹਾਂਜੀ, ਸਾਨੂੰ ਬੜੀ ਖੁਸ਼ੀ ਹੈ ਜੀ। ਅਸੀਂ ਕਿੱਥੋਂ ਤੱਕ ਕੀ ਕਰੋਗੇ? ਅਸੀਂ ਤਾਂ ਸਾਡਾ ਹੁਣ ਤਾਂ ਸਿਵਲ ਡਿਫੈਂਸ ਦਾ ਹੀ ਹੈ ਜੀ, ਉਹਨੇ IAS ਕਰਨੀ ਹੈ ਜਾਂ PCS ਕਰਨੀ ਹੈ, ਕੋਈ ਵੀ ਵਧੀਆ ਹੁੰਦਾ ਤਾਂ ਜਿਹੜੇ ਤਾਂ ਅੱਗੇ ਸਿਲੈਕਟ ਹੁੰਦੇ ਆ ਬੱਚਾ ਅਸੀਂ ਉੱਥੇ ਉਹਨਾਂ ਨੂੰ ਪੜ੍ਹਾਵਾਂਗੇ, ਉੱਥੇ ਤੱਕ ਨਹੀਂ ਹੋਰ ਅੱਗੇ ਲੈ ਕੇ ਜਾਵਾਂਗੇ। ਕਿਸ ਤਰ੍ਹਾਂ ਦਾ ਪੜ੍ਹਾਈ ਦਾ ਹੈਗਾ ਜੀ ਰੁਝਾਨ ਘਰ ਦੇ ਵਿੱਚ? ਇਹ ਦੇਖੋ, ਇਹ ਸ਼ੁਰੂ ਤੋਂ ਹੀ ਵੈਸੇ ਵਧੀਆ ਪੜ੍ਹਦੀ ਰਹੀ ਹੈ ਜੀ, ਐਸੀ ਗੱਲ ਨਹੀਂ। 10ਵੀਂ 'ਚ ਵੀ ਵੈਸੇ ਅਗਰ ਕਰੋਨਾ ਨਾ ਹੁੰਦਾ ਤਾਂ ਸ਼ਾਇਦ ਟੋਪਰ ਆਉਂਦੀ, ਕਿਉਂਕਿ ਆਪਣੇ ਸਕੂਲ ਟੋਪਰ ਹੀ ਸੀਗੀ ਜੀ। ਅਤੇ ਹੁਣ ਵੀ ਸਕੂਲ ਚਲੋ ਪਹਿਲਾਂ ਰਿਜ਼ਲਟ ਆਉਂਦੇ ਸੀਗੇ, 11ਵੀਂ ਦਾ ਆਇਆ ਜਾਂ 12ਵੀਂ ਦਾ ਪਹਿਲਾਂ ਸਬਜੈਕਟ ਆ, ਸਾਰੇ ਟੋਪਰ ਹੀ ਰਹੀ ਹੈ ਅਤੇ ਹੁਣ ਵੀ ਬਾਬੇ ਕਿਰਪਾ ਟੋਪਰ ਹੀ ਰਹੀ ਹੈ। ਸਾਨੂੰ ਬੜੀ ਖੁਸ਼ੀ। ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਤਾਂ ਹੀ ਬਾਹਰ ਗਿਆ ਸੀਗਾ ਫੀਲਡ 'ਤੇ, ਮੈਨੂੰ ਬੇਟੀ ਦਾ ਹੀ ਫੋਨ ਆਇਆ ਸੀ ਘਰੋਂ ਵੀ ਮੈਂ ਟੋਪਰ ਆਈ ਹੈ, ਮੈਨੂੰ ਬੜੀ ਖੁਸ਼ੀ ਹੋਈ, ਮੈਂ ਉੱਥੋਂ ਆਇਆ ਵਾਪਸ ਅਤੇ ਆ ਕੇ ਮੈਂ ਮਿਲਿਆ। ਅਸੀਂ ਲੁਧਿਆਣੇ ਰਹਿੰਦੇ ਜੀ, ਮੈਟ ਦੀ ਚੱਕੀ ਜੀ। ਬੇਟੀ ਦੇ 99.4 ਨੰਬਰ ਆਏ ਜੀ, ਪਰਸੈਂਟੇਜ ਆਈ ਹੈ। ਸਰ ਮੇਰੇ ਨਾਲ ਬਾਈਕ ਰਿਪੇਅਰ ਦਾ ਕੰਮ ਹੈ ਜੀ ਲੁਧਿਆਣੇ ਜਾਂਦੇ। ਹਾਂਜੀ, ਲੁਧਿਆਣੇ 'ਚ 20-22 ਸਾਲ ਹੋ ਗਏ ਦੁਕਾਨ ਪਾਈ ਮੈਨੂੰ, ਉਹਦੇ ਬਾਈਕ ਰਿਪੇਅਰ ਕਰਕੇ ਟਾਈਮ ਬਾਜੀ ਬਾਬੇ ਕਿਰਪਾ, ਵਧੀਆ ਚੱਲੀ ਜਾਂਦਾ ਕੰਮ, ਵੈਸੇ ਕਰੀ ਜਾਂਦੇ ਹਾਂ ਜੀ। ਬੇਟੀ ਨੇ ਬੜੀ ਖੁਸ਼ੀ ਹੈ ਜੀ, ਦੇਖੋ ਨਾਂ ਰੋਸ਼ਨ ਕੀਤਾ ਬਾਈਕ ਮਕੈਨਿਕ ਦੀ, ਬੇਟੀ ਨਾਂ ਰੋਸ਼ਨ ਕੀਤਾ, ਬੜੀ ਵੱਡੀ ਗੱਲ ਹੈ ਜੀ, ਬੜੀ ਖੁਸ਼ੀ ਹੈ ਜੀ। ਉਧਰ ਅਰਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਹ ਇੱਕ IAS ਆਫਿਸਰ ਬਣਨਾ ਚਾਹੁੰਦੀ ਹੈ ਤੇ ਨਾਲ ਹੀ ਉਸਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੂਰੀ ਮਿਹਨਤ ਕਰੇਗੀ ਅਤੇ ਆਪਣਾ ਤੇ ਆਪਣੇ ਪਿਤਾ ਜੀ ਦਾ ਸੁਪਨਾ ਪੂਰਾ ਕਰੇਗੀ। ਕੀ ਨਾਮ ਬੇਟਾ? ਅਰਸ਼ਦੀਪ ਕੌਰ। ਬੇਟਾ ਇਸਲਈ ਪੰਜਾਬ ਤੋਂ ਪਹਿਲੇ ਨੰਬਰ ਤੇ। ਹਾਂਜੀ। ਕੀ ਲੱਗਦਾ ਤੁਹਾਨੂੰ? ਬਹੁਤ ਅੱਛਾ ਲੱਗ ਰਿਹਾ ਹੈ, ਅੱਛਾ ਫੀਲ ਹੋ ਰਿਹਾ। ਕਿੰਨੇ ਨੰਬਰ ਆਏ ਤੁਹਾਡੇ? ਮੇਰੇ 500 ਚੋਂ 497। ਕਿਸ ਤਰ੍ਹਾਂ ਬਣਾ ਲਿਆ? ਸਭ ਤੋਂ ਪਹਿਲਾਂ ਮੇਰੇ ਪ੍ਰਿੰਸੀਪਲ ਮੈਮ ਨੇ ਮੈਨੂੰ ਦੱਸਿਆ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕਾਲ ਆਈ ਸੀ ਕਿ ਪੂਰੇ ਪੰਜਾਬ 'ਚ ਫਸਟ ਪੁਜੀਸ਼ਨ ਆਈ ਹੈ ਤੁਹਾਡੀ, ਕੰਗਰੈਚੁਲੇਸ਼ਨ। ਹਾਂ, ਸਭ ਤੋਂ ਪਹਿਲਾਂ ਮੈਨੂੰ ਪ੍ਰਿੰਸੀਪਲ ਮੈਮ ਤੋਂ ਪਤਾ ਲੱਗਿਆ। ਮੈਂ ਲੁਧਿਆਣੇ 3ਜਾ ਸੰਸਥਾਨ ਤੋਂ, ਮੈਂ ਬੋਲੀ ਸੀਨੀਅਰ ਸੈਕੰਡਰੀ ਸਕੂਲ ਬਟਾਲੇ। ਮੈਂ ਆਪਣੇ ਨਾਨਕੇ ਆਈ ਹੋਈ ਹਾਂ ਥੋੜ੍ਹੇ ਟਾਈਮ ਲਈ। ਹਾਂਜੀ। ਕਿੰਨੀ ਕੁ ਖੁਸ਼ੀ ਹੈ ਇਸ ਟਾਈਮ ਪਰਵਾਰ ਦੇ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਖੁਸ਼ੀ। ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਹਰ ਇੱਕ ਨੂੰ ਪੜ੍ਹਾਉਣਾ ਚਾਹੀਦਾ, ਸਪੈਸ਼ਲੀ ਗਰਲਸ ਨੂੰ। ਹੁਣ ਜਿਵੇਂ ਤੁਸੀਂ ਸੁਣਿਆ ਹੈ ਕਿ ਪੰਜਾਬ ਵਿੱਚ ਗਰਲਸ ਨੇ ਹੀ ਟੌਪ ਕੀਤਾ ਹੈ, ਤਾਂ ਮੈਨੂੰ ਇਹੀ ਲੱਗਦਾ ਕਿ ਜ਼ਿਆਦਾਤਰ ਲੜਕੀਆਂ ਜ਼ਿਆਦਾ ਟੌਪ ਕਰਦੇ ਨੇ ਐਜ਼ ਕੰਪੇਅਰ ਟੂ ਬੋਏ। ਕੀ ਬਣਨਾ ਚਾਹੁੰਦੇ? ਮੇਰਾ ਇਹ ਤਾਂ IAS ਆਫਿਸਰ ਬਣਨ ਦਾ ਹੈ,
तो पहले मैं ग्रेजुएशन करूँगी एंड उसके बाद फिर उसका कॉम्पिटिटिव एग्जाम कि मेरा एम है हो मेरे फादर का भी यही एम है कि मैं बना हूँ फिर अगे IAS ऑफिसर तो मैं वही प्रिपेयर करूँ फिर अगे बलविंदर कौर जी मैंने बहुत वधिया लगा मेरी बच्ची टॉप आई है तो मैंने बहुत माण है अपनी बच्ची पर क्योंकि सानू वैसे चलो पता से कि मेरी बच्ची कुछ ना कुछ तो करेगी टॉप तो आएगी सानू कल परसों तो यही फील हो रहा है कल असी सचखंड श्री हरिमंदर साहब सीगे सानू बहुत फील होया कि साड़ी बच्ची अज टॉपर आ रही है जन कि सानू अपने आप ही साडे दिमाग ने कि जन कि सोचना शुरू करता है साड़ी बच्ची टॉपर है कल वो 3:30 बजे तक हरिमंदर साहब बैठी रही कहिंदी जे मैनू हुणे ही पता लग जाए रिजल्ट का तो मैं दोबारा भी जन के बिच परिक्रमा जाके तो जाके मत्था टेक के आवा हाँ जी पहले पहले पता लग मेरी बच्ची ने पहले कल का ही पता चल चुका सी कल ही कहती कि मैं लुधियाने जाना है मैं लुधियाने जाना मैं उन्होंने इस तरह हो रहा है कि मैं अपने घर जावा तो उन्होंने जान के अपने अपने दिलो दिमाग में पता लग चुका है कि मैं प्रॉपर आ चुकी किस तरह मेहनत की बहुत दिन रात उन्हें मेहनत की रात में तो वह 12-1-2 बजे तक पढ़ के सौंती सी तो वह कभी भी किसी बच्चे लागे नहीं पढ़कन दिंदी वह कहती कि मेरे लागे किसी ने नहीं आना है भी जिन्ना चर मैं पढ़ती हाँ असं किसी लागे नहीं जान देंगे बहुत मेहनत की जी उन्होंने दिन रात ਜਿਹੜਾ ਕਿ ਮੈਂ ਬੱਚੀ ਬੇਟੀ ਮੇਰੇ ਪਾਪਾ ਦੀ ਸ਼ੁਰੂ ਤੋਂ ਖਾਹਿਸ਼ ਹੈ ਕਿ ਉਹ IAS ਬਣਾਉਣਾ ਚਾਹੁੰਦੀ ਬੱਚੀ ਨੂੰ ਉਹ ਆਪਣੇ ਪਾਪਾ ਦਾ ਸੁਪਨਾ ਜ਼ਰੂਰ ਪੂਰਾ ਕਰਨਾ ਚਾਹੁੰਦੀ ਆ ਅਤੇ ਉਹ ਬਸ ਪਾਪਾ ਦੇ ਹੀ ਪਾਪਾ ਉਹਦੇ ਆਪਾਂ ਉਹਦੇ ਹੀ ਇਹ ਸਭ ਕਰਾ ਰਹੇ ਨੇ ਉਹਨੂੰ ਹਾਂਜੀ ਮੈਂ ਗੁਰਜਿੰਦਰ ਸਿੰਘ ਕੀ ਲੱਗਦਾ ਤੇਰੀ ਬੇਟੀ ਦੇ ਇਹ ਮੇਰੀ ਭਣੇਵੀ ਮੈਂ ਮਾਮਾ ਜੀ ਇਹਨਾਂ ਦੇ ਡੇਰਾ ਬਾਬਾ ਨਾਨਕ ਸਾਹਿਬ ਗਏ ਦਰਬਾਰ ਸਾਹਿਬ ਮੱਥਾ ਟੇਕ ਕੇ ਜੇ ਬਾਹਰ ਨਿਕਲੇ ਸੀਗੇ ਅਤੇ ਭਾਅ ਜੀ ਉਹਨਾਂ ਨੂੰ ਫੋਨ ਆਇਆ ਉੱਥੇ ਅਤੇ ਸਾਨੂੰ ਬਹੁਤ ਵਧੀਆ ਫੀਲ ਹੋਈ ਉਸ ਟਾਈਮ ਅਸੀਂ ਦੁਬਾਰਾ ਫਿਰ ਚੋਲਾ ਸਾਹਿਬ ਮੱਥਾ ਟੇਕ ਕੇ ਫਿਰ ਘਰ ਨੂੰ ਆਏ ਅਤੇ ਸਾਨੂੰ ਘਰ ਆਉਂਦਿਆਂ ਬਹੁਤ ਫੋਨ ਆ ਰਹੇ ਸੀ ਵੀ ਤੁਸੀਂ ਜਲਦੀ ਲੁਧਿਆਣੇ ਆ ਜਾਓ ਜਲਦੀ ਲੁਧਿਆਣੇ ਭਾਅ ਜੀ ਉਹਨਾਂ ਨੂੰ ਅਤੇ ਬਹੁਤ ਵਧੀਆ ਲੱਗ ਰਿਹਾ ਅੱਜ ਸਾਡੇ ਬੇਟੇ ਨੇ ਪੰਜਾਬ 'ਚ ਹਾਂਜੀ ਹਾਂਜੀ ਉੱਦਾਂ ਨਾਲ ਰਹਿਣਾ ਸੀਗਾ ਪਰ ਹੁਣ ਅੱਜ ਇਹਨਾਂ ਨੇ ਚਲੇ ਜਾਣਾ ਜੀ ਸਾਂਝਾ ਮੁੱਦਾ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ।